ਨੰਦੂ ਤਾਂਬੇ ਨੇ ਆਪਣੀ 40 ਏਕੜ ਜ਼ਮੀਨ ਨੂੰ ਜੰਗਲ ਵਿੱਚ ਤਬਦੀਲ ਕਰ ਦਿੱਤਾ ਹੈ। ਇਹ ਜੰਗਲ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਦੇ ਸ਼ਿਰਾਵਲੀ ਪਿੰਡ ਵਿੱਚ ਹੈ। ਇਸ ਜੰਗਲ ਵਿੱਚ ਕਈ ਰੁੱਖਾਂ, ਪੰਛੀਆਂ ਅਤੇ ਜਾਨਵਰਾਂ ਦੀਆਂ ਦੁਰਲੱਭ ਪ੍ਰਜਾਤੀਆਂ ਨੇ। ਬੇਸਿਕਲੀ ਮੈਂ ਇੱਕ ਵਿਚਾਰ ਕੇਲਾ ਕਿ ਮਾਨਸਨਸਾਠੀ ਕੰਮ ਕਰਨਾਰੇ ਖੂਬ ਲੋਕ ਆ ਦੁਨੀਆ 'ਤੇ, ਪਣ ਨਿਸਰਗਾਸਾਠੀ ਕੰਮ ਕਰਨਾਰੇ ਖੂਬ ਕਮੀ ਲੋਕ ਆਹੇਤ। ਜਸਾ ਆਪਲਾ ਇੱਕ ਸੁੰਦਰ ਘਰ ਅਸਾ ਅਸੋ ਪ੍ਰਤ੍ਯੇਕਾਚ ਸਵਪ੍ਨ ਅਸਤ ਕਿ ਮਾਝਾ ਇੱਕ ਸਵਤਃਚਾ ਸੁੰਦਰ ਘਰ ਅਸਾਵਂ, ਏਕ ਨਸੂਨ ਦੋਨ ਅਸਾਵੀਤ। ਸੋ ਮਲਾਹੀ ਅਸਚ ਵਾਟਲ ਕਿ ਜਰ ਕਾ ਆਪਲੀ ਇੱਛਾ ਅਸੂ ਸ਼ਕਤੇ ਇੱਕ ਸੁੰਦਰ ਘਰ ਸਵਤਃਚਾ ਅਸਾਵਂ, ਤਰ ਇੱਕ ਚੰਗਲਾ ਘਰ ਪਕਸ਼ਾਂਸਾਠੀ ਕਾ ਅਸੂ ਨਹੀਂ ਹੈ। ਨੰਦੂ ਦੇ ਇਸ ਜੰਗਲ ਵਿੱਚ ਪੰਛੀਆਂ ਦੀਆਂ 228 ਪ੍ਰਜਾਤੀਆਂ, ਸੱਪਾਂ ਦੀਆਂ 40, ਕੀੜੀਆਂ ਦੀਆਂ 250 ਅਤੇ ਦਰਖਤਾਂ ਦੀਆਂ 120 ਪ੍ਰਜਾਤੀਆਂ ਹਨ। ਮਾਝਾ ਸਾਧਾਰਨ ਇੱਕ ਮਿਨਿਮਮ ਇੱਕ ਗੋਲ ਹੈ ਕਿ ਮਾਝਾ ਸਵਤਃਚਾ ਕਿਮਾਨ 100 ਏਕੜ ਜੰਗਲ ਅਸਾਇਲਾ ਪਾਹੀਜੇ। 12 ਏਕੜ ਮਾਝਾ ਐਨਸੈਸਟਰ ਜੰਗਲ ਹੋਤਚ, ਤੇਚ੍ਯਾਮਧ੍ਯ ਆਤਾ ਸਧ੍ਯਸਥਿਤੀਮਧ್ಯ ਆਜ 2019 ਚਾਲੂ ਹੈ ਆਣਿ ਸਧ್ಯਸ್ಥಿತಿಯ ਕੰਡੀਸ਼ਨਲਾ ਮਾਝਾ ਜੰਗਲ ਆਤਾ 40 ਏਕੜ ਝਾਲੇ। ਓਰੀਐਂਟਲ ਕਿੰਗਫਿਸ਼ਰ ਇਸ ਜੰਗਲ ਦੀ ਖਾਸੀਅਤ ਹੈ। ਇਸ ਜੰਗਲ ਵਿੱਚ ਉੱਲੂ ਦੀਆਂ ਕਈ ਦੁਰਲੱਭ ਪ੍ਰਜਾਤੀਆਂ ਹਨ। ਮਾਝਾ ਪੇਕਸ਼ਾ ਸੁਧਾ ਇਤਰ ਲੋਕਾਂ ਨੇ ਯਾਚਮਧ್ਯ ਕਾਮ ਕਰੂਨ ਤੇਂਚਾਹੀ ਹਾਤਭਾਰ ਜਰ ਲਾਗਲਾ ਕਿ ਤੇਨਹੀ ਆਪਲ੍ಯਾ ਆਸਪਾਸਚ್ಯਾ ਜੰਗਲਾਚੀ ਸੰਵਰ್ಧਿ ਕੇಲੀ, ਤਰ ਉੱਤਮ ਕਾਰ್ಯ ਹੋਊ ਸ਼ਕਤ, ਏਕ ਨਿਸਰ್ਗਾਸਾਠੀ ਉੱਤਮ ਕਾਰ್ಯ ਹੋਊ ਸ਼ਕਤ।